ਸਕਾਟਲੈਂਡ ਦੀ ਤਰਤੀ ਤੇ ਪੰਜਾਬੀਅਤ ਦੇ ਸ਼ੂਕ ਦੇ ਦਰਿਆ ਵਰਗਾ ਨਾਮ ਅੱਜ ਦਰਿਆ ਅੱਜ ਦਰਿਆ ਜੀ ਹਾਂ ਤੁਸੀਂ ਸੁਣ ਰਹੇ ਹੋ ਰੇਡੀਓ ਅੱਜ ਜੀ ਦੋਸਤੋ ਨਿੰਦਰ ਕੁ ਗਿਆਨ ਵੀ ਵੱਲੋਂ ਸਤਿ ਸ਼੍ਰੀ ਅਕਾਲ ਕਰੋ ਪ੍ਰਵਾਨ ਤੇ ਖਬਰਾਂ ਦੇ ਪਹਿਲੇ ਹਿੱਸੇ 'ਚ ਤੁਹਾਡਾ ਸਵਾਗਤ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ ਖਬਰ ਨਵੀਂ ਦਿੱਲੀ ਤੋਂ ਤੇ ਆਗਰਾ ਤੋਂ ਰਲਿ ਮਿਲੀ ਕੋਵਿਡ 19 ਮਹਾਮਾਰੀ ਕਾਰਨ ਕਰੀਬ 2 ਮਹੀਨਿਆਂ ਤੋਂ ਬੰਦ ਤਾਜ ਮਹਾਲ ਅਤੇ ਕੇਂਦਰ ਵੱਲੋਂ ਸੁਰੱਖਿਅਤ ਹੋਰ ਸਮਾਰਕਾਂ ਨੂੰ ਸਲਾਨੀਆਂ ਲਈ 16 ਜੂਨ ਤੋਂ ਯਾਨੀ ਕੱਲ ਤੋਂ ਮੁੜ ਖੋਲਿਆ ਜਾ ਰਿਹਾ ਹੈ ਇਹ ਜਾਣਕਾਰੀ ਭਾਰਤੀ ਪ੍ਰਤਤਵ ਸਰਵੇਖਣ ਏਐਸਆਈ ਦੇ ਅਧਿਕਾਰੀਆਂ ਨੇ ਦਿੱਤੀ ਹੈ ਨਵੀਂ ਦਿੱਲੀੋਂ ਇੱਕ ਹੋਰ ਖਬਰ ਸਾਰਸ ਕੋਵਿਡ 2 ਦੇ ਡੈਲਟਾ ਵੈਰੀਐਂਟ ਦੀ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਨਵੀਂ ਕਿਸਮ ਡੈਲਟਾ ਪਲੱਸ ਜਾਂ ਈਵਾਈ1 ਵੈਰੀਐਂਟ ਦੀ ਪਛਾਣ ਹੋਈ ਹੈ ਪਰ ਨਾਲ ਹੀ ਵਿਗਿਆਨੀ ਕਹਿੰਦੇ ਆ ਕਿ ਫਿਲਹਾਲ ਦੇਸ਼ ਚ ਇਸ ਸੰਬੰਧੀ ਮਾਮਲੇ ਘਟ ਹੋਣ ਕਾਰਨ ਹਾਲੇ ਚਿੰਤਾ ਵਾਲੀ ਕੋਈ ਗੱਲ ਨਹੀਂ ਭਾਰਤ ਦਾ ਸਿਹਤ ਵਿਭਾਗ ਕਹਿੰਦਾ ਹੈ ਕਿ ਭਾਰਤ ਵਿੱਚ ਹੁਣ ਤੱਕ ਕੁੱਲ 26 ਕਰੋੜ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ 24 ਘੰਟਿਆਂ ਦੀ ਕਰੋਨਾ ਸਥਿਤੀ ਤੇ ਜੇਕਰ ਨਜ਼ਰ ਮਾਰੀਏ ਭਾਰਤ ਵਿੱਚ ਤਾਂ 24 ਘੰਟਿਆਂ ਚ 60 ਹਜ਼ਾਰ ਤੋਂ ਉੱਤੇ ਨਵੇਂ ਕੇਸ ਆਏ ਹੈ ਔਰ 2726 ਲੋਕਾਂ ਦੀਆਂ ਕਰੋਨਾ ਕਾਰਨ ਮੌਤਾਂ ਹੋਈਆਂ ਜੇ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ 188 ਕਰੋਨਾ ਪੀੜਤਾਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਵੈਂਟੀਲੇਟਰਾਂ ਤੇ ਰੱਖ ਕੇ ਇਲਾਜ ਕੀਤਾ ਜਾ ਰਿਹਾ ਹੈ ਪੰਜਾਬ ਚ 24 ਘੰਟਿਆਂ ਦੌਰਾਨ ਪਟਿਆਲਾ ਚ 5 ਸੰਗਰੂਰ ਦੇ ਵਿੱਚ 4 ਫਰੋਜ ਪਰ ਜਲੰਧਰ ਦੇ ਵਿੱਚ 3-3 ਅਮਰਸਰ ਬਰਨਾਲਾ ਫਾਜ਼ਲਕਾ ਸ਼ਿਆਰਪੁਰ ਤਰਨਤਾਰ ਚ 2-2 ਬਠਿੰਡਾ ਗੁਰਦਾਸਪੁਰ ਲੁਧਿਆਣਾ ਮਾਨਸਾ ਮੁਹਾਲੀ ਮੋਕਸਰ ਪਠਾਨਕੋਟ ਰੋਪੜ ਚ ਇੱਕ-ਇੱਕ ਜਣੇ ਦੀ ਕਰੋਨਾ ਨਾਲ ਮੌਤ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਖਬਰ ਮੁਹਾਲੀ ਤੋਂ ਐ ਅਕਾਲੀਆਂ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਮਹੱਲ ਸਿਸਵਾ ਅੱਗੇ ਬਹੁਤ ਵੱਡਾ ਤਰਨਾ ਦਿੱਤਾ ਪੰਜਾਬ ਚੋਂ ਅਕਾਲੀ ਹੋਮਾ ਮਾਕੇ ਪੁਜੇ ਕਰੋਨਾ ਨਿਯਮਾਂ ਦੀਆਂ ਵੀ ਪਾਬੰਦੀਆਂ ਤੋੜੀਆਂ ਗਈਆਂ ਅਕਾਲੀਆਂ ਦੀਆਂ ਪੱਗਾਂ ਲੱਥੀਆਂ ਇੱਕ ਘੰਟਾ ਪਾਣੀ ਦੀਆਂ ਵਿਚਾੜਾ ਹੋਈਆਂ ਡਾਂਗਾ ਵੀ ਵਰਾਇਆਂ ਗਈਆਂ ਸੁਖਵੀਰ ਸਿੰਘ ਬਾਦਲ ਤੇ ਵਿਕਰਮ ਸਿੰਘ ਮਜੀਠੀਆ ਨੂੰ ਮੁਹਾਲੀ ਦੀ ਪੁਲਿਸ ਨੇ ਗ੍ਰਿਫਤਾਰ ਵੀ ਕੀਤਾ ਸੁਖਵੀਰ ਬਾਦਲ ਤੇ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਸਰਕਾਰ ਤੇ ਜਮ ਕੇ ਸ਼ਬਦੀ ਹਮਲੇ ਕੀਤੇ ਤੇ ਨਾਲ ਹੀ ਉਹਨਾਂ ਦੇ ਖਿਲਾਫ ਪੂਰੀ ਨਾਰੇਬਾਜ਼ੀ ਕੀਤੀ ਖਬਰ ਚੰਡੀਗੜ੍ਹ ਤੋਂ ਪਿਛਲੇ ਦਿਨੀ ਪੁਲਿਸ ਮੁਕਾਬਲੇ ਮਾਰੇ ਗਏ ਗੈਂਗਸਟਰ ਜੈਪਾਲ ਪੁੱਲਰ ਮਾਮਲੇ ਵਿੱਚ ਉਸਦੇ ਪਿਤਨਾ ਹਾਈ ਕੋਰਟ ਵਿੱਚ ਅਪੀਲ ਪਾਈ ਹੈ ਕਿ ਉਸਤੇ ਪੁੱਤਰ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਾਇਆ ਜਾਏ ਤੇ ਸੱਚ ਸਾਹਮਣੇ ਲਿਆਂਦਾ ਜਾਏ ਉਹਨਾਂ ਨੇ ਅਦਾਲਤ ਨੂੰ ਅਪੀਲ ਕੀਤੀ ਹੈ ਕਿ ਤੇ ਛੇਤੀ ਤੋਂ ਛੇਤੀ ਇਸ ਮਾਮਲੇ ਦੇ ਉੱਤੇ ਫੈਸਲਾ ਸੁਣਾਇਆ ਜਾਏ ਫਿਲਹਾਲ ਹਾਈ ਕੋਰਟ ਵਿੱਚ ਜੈਪਾਲ ਭੁੱਲਰ ਦਾ ਕੇਸ ਜਾਣ ਕਰਕੇ ਉਸ ਦਾ ਪਰਿਵਾਰ ਅੜਿਆ ਹੋਇਆ ਹੈ ਕਿ ਉਹ ਉਹਨਾਂ ਚਿਰ ਉਸ ਦਾ ਸਸਕਾਰ ਨਹੀਂ ਕਰਨਗੇ ਜਿੰਨਾ ਚਿਰ ਉਸ ਦਾ ਦੁਬਾਰੇ ਪੰਜਾਬ ਦੇ ਵਿੱਚ ਪੁਲਿਸ ਵੱਲੋਂ ਪੋਸਟਮਾਰਟਮ ਨਹੀਂ ਕਰਵਾਇਆ ਜਾਂਦਾ ਫਰੋਜ਼ਪੁਰ ਦੇ ਪ੍ਰਸ਼ਾਸਨ ਨੇ ਹੱਥ ਖੜੇ ਕਰ ਦਿੱਤੇ ਸਨ ਤੇ ਕਿਹਾ ਸੀ ਕਿ ਉਹ ਕੋਰਟ ਵਿੱਚ ਜਾ ਕੇ ਅਪੀਲ ਪਾ ਸਕਦੇ ਨੇ ਚੰਡੀਗੜ੍ਹੋਂ ਖਬਰ ਪੰਜਾਬ 'ਚ Dalit ਵਿਦਿਆਰਥੀਆਂ ਦੀ ਵਜ਼ੀਫਾ ਰਾਸ਼ੀ ਨੂੰ ਖੁਰਦਬੁਰਦ ਕਰਨ ਦੇ ਰੋਸ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚੰਡੀਗੜ੍ਹ ਦੇ ਸੈਕਟਰ 2 ਸਥਿਤ ਰੈਸ਼ਪੁਰੇ ਭੋਖੜ ਤਾਲ ਤੇ ਬੈਠੇ ਪੁਲਿਸ ਨੇ ਆਮ ਆਦਮੀ ਆਗੂਆਂ ਨੂੰ ਮੁੱਖ ਮੰਤਰੀ ਦੀ ਰਾਜ ਤੋਂ ਕਾਫੀ ਦੂਰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਸਿਹਤ ਠੀਕ ਨਾ ਹੋਣ ਕਾਰਨ ਵਿਸ਼ੇਸ਼ ਜਾਂਚ ਟੀਮ SIT ਜੋ ਕੋਟਕਪੂਰਾ ਗੋਲੀकांड ਦੀ ਨਰੀਖਣ ਕਰ ਰਹੀ ਹੈ ਜਾਂਚ ਕਰ ਰਹੀ ਹੈ ਉਸ ਪੂਰੇ ਮੋਲਤ ਮੰਗੀ ਹੈ ਇਸ ਸਬੰਧੀ ਨਵੀਂ ਤਾਰੀਖ ਤੈਅ ਕਰਨ ਦੀ ਮੰਗ ਕੀਤੀ ਹੈ ਪਹਿਲਾਂ ਉਹਨਾਂ ਨੇ 16 ਤਰੀਕ ਨੂੰ ਸੈਟ ਨੂੰ ਸਹਾਇਕ ਦੇਣਾ ਸੀ ਬਾਦਲ ਨੇ ਕਿਹਾ ਕਿ ਉਹਨਾਂ ਨੂੰ ਡਾਕਟਰਾਂ ਨੇ 10 ਦਿਨਾਂ ਲਈ ਪੂਰਾ ਆਰਾਮ ਕਰਨ ਦੀ ਸਲਾਹ ਦਿੱਤੀ ਹੈ ਤੇ ਜਿਵੇਂ ਹੀ ਸਿਹਤ ਠੀਕ ਹੁੰਦੀ ਹੈ ਕਾਨੂੰਨ ਮੁਤਾਬਕ ਆਪਣੀ ਰਿਹائش ਫਲੈਟ ਨੰਬਰ 37 ਸੈਕਟਰ 4 ਚੰਡੀਗੜ੍ਹ ਤੇ ਜਾਂਚ ਵਿੱਚ ਸ਼ਾਮਲ ਹੋਣ ਲਈ ਖੁਦ ਹਾਜ਼ਰ ਰਹਿਣਗੇ ਉਹਨਾਂ ਨਾਲ ਇਹ ਵੀ ਕਿਹਾ ਕਿ ਉਹਨਾਂ ਨੂੰ ਨਿਆਂ ਪਾਲਿਕਾ ਚ ਯਾਨੀ ਅਦਾਲਤਾਂ ਤੇ ਪੂਰਾ ਭਰੋਸਾ ਤੇ ਇਹ ਵਿਸ਼ੇਸ਼ ਜਾਂਚ ਟੀਮ ਨੂੰ ਇਸ ਮਾਮਲੇ ਚ ਜਾਂਚ ਪੂਰਾ ਕਰਨ ਦਾ ਸਹਿਯੋਗ ਵੀ ਬਾਦਲ ਨੇ ਕਿਹਾ ਹੈ ਕਿ ਉਹ ਹਰ ਹਾਲਤ ਵਿੱਚ ਦੇਣਗੇ ਖਬਰ ਅਹਮਦਾਬਾਦ ਤੋਂ ਆਮ ਆਦਮੀ ਪਾਰਟੀ ਦੇ 222 ਵਿੱਚ ਗੁਜਰਾਤ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜਨ ਦੇ ਐਲਾਨ ਕੀਤੇ ਗਏ ਨੇ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੈਸ਼ਨਵ ਮੰਦਿਰ ਦੇ ਦੌਰੇ ਮੌਕੇ ਇਹ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਖੁੱਲੇ ਰੂਪ ਵਿੱਚ ਚੋਣਾ ਲੜੇਗੀ ਮੌਸਮ ਪੰਜਾਬ ਦਾ ਰਲਿਆ ਮਿਲਿਆ ਚੱਲ ਰਿਹਾ ਹੈ ਪੰਜਾਬ ਤੋਂ ਇਲਾਵਾ ਚੰਡੀਗੜ੍ਹ ਦੀ ਗੱਲ ਕਰੀਏ ਹਰਿਆਣਾ ਤੇ ਹਿਮਾਚਲ ਦੀ ਵੀ ਗੱਲ ਕਰੀਏ ਹਿਮਾਚਲ ਤੋਂ ਕਾਫੀ ਸਾਰੀ بارش ਦੀਆਂ ਖਬਰਾਂ ਨੇ ਔਰ ਪੰਜਾਬ ਦੇ ਵਿੱਚ ਅੱਜ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ ਇੱਕਦੋ-ਕਾ ਠਾਵਾਂ ਤੇ ਮੀਂਹ ਕਣੀ ਪਈ ਔਰ ਚੰਡੀਗੜ੍ਹ ਦੇ ਵਿੱਚ ਵੀ ਮੌਸਮ ਜਿਹੜਾ ਹੈ ਉਹ ਮੀਂਹ ਵਾਲਾ ਬਣਿਆ ਹੋਇਆ ਹੈ ਭਾਵੇਂ ਧੁੱਪ ਤੇਜ਼ ਸੀ ਪਰ ਇਸ ਦੇ ਬਾਵਜੂਦ ਬੱਦਲਵਾਈ ਬਣ ਗਈ ਔਰ ਮੌਸਮੀ ਮਾਰਾ ਨੇ ਅਲਰਟ ਕੀਤਾ ਸੀ ਕਿ 15 ਅਤੇ 16 ਜੂਨ ਦੋ ਦਿਨ ਮੀਂਹ ਪਰੇ ਨੇ ਔਰ ਮੌਸਮੀ ਮਾਰਾ ਨੇ ਭਾਰੀ ਮੀਂਹ ਤੇ ਨਾਲ ਨਾਲ ਝੱਖੜ ਤੇ ਤੂਫਾਨ ਦੀ ਪਸ਼ੇਨਗੋਈ ਵੀ ਕਰ ਦਿੱਤੀ ਹੈ ਨਿੰਦਰ ਕੁਗਿਆਰਮੀ ਤੋਂ ਖਬਰਾਂ ਦਾ ਪਹਿਲਾ ਹਿੱਸਾ ਸੁਣਿਆ ਦੂਜਾ ਹਿੱਸਾ ਇੱਕ ਵਕਫੇ ਤੋਂ ਬਾਅਦ ਪੇਸ਼ ਜੇ ਤੁਸੀਂ ਫ੍ਰਿਜਨੋ ਕੈਲੀਫੋਰਨੀਆ ਦੇ ਏਰੀਆ ਦੇ ਵਿੱਚ ਰਹਿੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ ਵੱਡੀ ਖੁਸ਼ਖਬਰੀ ਟਰੱਕ ਡਰਾਈਵਰਾਂ ਲਈ ਹੈ ਕਿ ਤੁਹਾਡੇ ਇਲਾਕੇ ਦੇ ਵਿੱਚ ਪੀਟਸ ਟਰੱਕ ਐਂਡ ਟ੍ਰੇਲਰ ਰਿਪੇਅਰ ਆਨ ਸਾਈਟ ਸਰਵਿਸ ਉਪਲਬਧ ਹੋਵੇਗੀ ਮਕੈਨਿਕ ਦਾ ਨਾਮ ਪੀਟ ਤੇ ਉਹ ਕਰਨਗੇ ਮਾਈਨਰ ਟਰੱਕ ਐਂਡ ਟ੍ਰੇਲਰ ਰਿਪੇਅਰ ਇਹਦੇ ਨਾਲ ਹੀ ਤੁਹਾਨੂੰ ਸੇਵਾਵਾਂ ਮਿਲਣਗੀਆਂ ਬ੍ਰੇਕ ਚੇਂਜਿੰਗ ਵਿਲ ਸੀਲ 에ਅਰ ਲੀਕ ਹੋਲ ਲੀਕ ਵਿੰਡੋ ਟੈਂਟ ਟਾਇਰ ਚੇਂਜ ਫੈਨ ਬੈਲਟਸ ਅਲਟਰਨੇਟਰ 스타ਟਰ ਤੇ ਇਸ ਹੀ ਰਿਪੇਅਰ ਇਹ ਜਿਹੜੀ ਸਰਵਿਸ ਹੈ ਇਹ ਸੈਟਰਡੇ ਸੰਡੇ ਨੂੰ ਅਵੇਲੇਬਲ ਹੋਵੇਗੀ ਉਹਨਾਂ ਦਾ ਕਹਿਣਾ ਹੈ ਕਿ ਵੀ ਵਿਲ ਕਮ ਟੂ ਯੂਅਰ ਯਾਰਡ ਟੂ ਫਿਕਸ ਯੂਅਰ ਟਰੱਕ ਸੰਪਰਕ ਲਈ ਨੰਬਰ ਨੋਟ ਕਰੋ 5599301838559335776 ਯਾਦ ਰੱਖਿਓ ਫਰੀਜਨੋ ਇਤਿਹਾਸਪੁਰ ਦੇ ਇਲਾਕੇ ਦੇ ਵਿੱਚ ਟਰੱਕਾਂ ਦੀ ਰਿਪੇਅਰ ਲਈ ਪੀਟ ਟਰੱਕ ਐਂਡ ਟ੍ਰੇਲਰ ਰਿਪੇਅਰ ਵੱਡੇ ਵੱਡੇ ਰੱਖਿਆ ਟਰੱਕ ਜਟਾਣੇ ਮਾਈਆਂ ਵਿਦੇਸ਼ਾਂ ਵਿੱਚ ਤੱਕ ਜਟਾ ਜੀ ਹਾਂ ਤੁਸੀਂ ਸੁਣ ਰਹੇ ਹੋ ਰੇਡੀਓ ਅੱਜ ਦਰਿਆ ਅੱਜ ਦਰਿਆ ਕੋਰਨ ਲਿੰਦੀ ਧਰਤੀ ਤੇ ਪੰਜ ਦਰਿਆ ਵੈਬਸਾਈਟ ਈ ਪੇਪਰ ਵੈਬ ਚੈਨਲ ਦੇ ਨਾਲ ਨਾਲ ਰੇਡੀਓ ਦਾ ਸ਼ੁਰੂ ਹੋਣਾ ਜਿਹੜਾ ਉਹ ਬੜੀ ਮਾਣ ਵਾਲੀ ਗੱਲ ਹੈ ਮੈਂ ਕੁਮਾਰ ਪੰਜ ਦਰਿਆ ਦੀ ਸਾਰੀ ਟੀਮ ਨੂੰ ਹਾਰਦਿਕ ਵਧਾਈ ਪੇਸ਼ ਕਰਦਾ ਹਾਂ ਦੋਸਤੋ ਨਿੰਦਰ ਕੁਗਿਆਨ ਮੀਤੋ ਸੁਣੋ ਖਬਰਾਂ ਦਾ ਦੂਜਾ ਹਿੱਸਾ ਖਬਰ ਨਵੀਂ ਦਿੱਲੀ ਤੋਂ ਕੱਚੇ ਤੇਲ ਤੇ ਉਤਪਾਦਕ ਵਸਤਾਂ ਦੀਆਂ ਥੋਕ ਕੀਮਤਾਂ 'ਚ ਵਾਧੇ ਕਾਰਨ ਥੋਕ ਕੀਮਤ ਸੂਚਕਕ ਅੰਕ ਉਤੇ ਆਧਾਰਿਤ ਮਹਿੰਗਾਈ ਦਰ WPI ਮਈ 'ਚ ਵਧ ਕੇ ਰਿਕਾਰਡ ਪੱਧਰ 12.94% ਤੇ ਪਹੁੰਚ ਗਈ ਪਿਛਲੇ ਸਾਲ ਮਈ ਮਹਿੰਗਾਈ ਦਰ 0.37% ਥੱਲੇ ਸੀ ਨਵੀਂ ਦਿੱਲੀ ਤੋਂ ਰਿਪੋਰਟ ਅਨੁਸਾਰ ਅਡਾਨੀ ਸਮੂਹਾ ਦੀਆਂ ਕੁਝ ਕੰਪਨੀਆਂ ਵਿੱਚ ਹਿੱਸੇਦਾਰੀ ਰੱਖਣ ਵਾਲੇ ਕੁਝ ਐਫ ਪੀਆਈ ਖਾਤਿਆਂ ਨੂੰ ਨੈਸ਼ਨਲ ਸੈਕਿਉਰਿਟੀ ਐਸ ਡਿਪੋਜ਼ਿਟਰੀ ਲਿਮਟਿਡ ਵੱਲੋਂ ਫ੍ਰੀਜ਼ ਕੀਤੇ ਜਾਣ ਦੀਆਂ ਖਬਰਾਂ ਬਾਅਦ ਸਵੇਰੇ ਅਡਾਨੀ ਸਮੂਹ ਦੀਆਂ ਕੰਪਨੀਆਂ ਦੇ ਸ਼ੇਅਰ 25% ਤੱਕ ਥੱਲੇ ਗਿਰ ਗਏ। ਖਬਰ ਨਵੀਂ ਦਿੱਲੀ, ਮੁੰਬਈ ਤੇ ਲਖਨਊ ਤੋਂ ਰਾਮ ਮੰਦਰ ਟਰਸਟ ਵੱਲੋਂ ਖਰੀਦੀ ਜ਼ਮੀਨ ਦੇ ਮੁੱਦੇ ਉੱਤੇ ਵਿਵਾਦ ਉੱਭਰਨ ਤੋਂ ਮਗਰੋਂ ਕਾਂਗਰਸ ਨੇ ਮੰਗ ਕੀਤੀ ਕਿ ਸੁਪਰੀਮ ਕੋਰਟ ਇਸ ਮਾਮਲੇ ਦਾ ਨੋਟਸ ਲਵੇ। ਆਪਣੀ ਨਿਗਰਾਨੀ ਥੱਲੇ ਜਾਂਚ ਕਰਵਾਏ ਕਾਂਗਰਸ ਨੇ ਕਿਹਾ ਕਿ 1 ਕਰੋੜਾਂ ਸ਼ਰਧਾਲੂਆਂ ਦੀ ਸ਼ਰਧਾ ਦਾ ਨਰਾਦਰ ਕਰਨ ਦੇ ਬਰਾਬਰ ਹੈ ਦਸਨਯੋਗਾ ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰ ٹرسٹ ਉੱਤੇ ਦੋਸ਼ ਲਾਏ ਗਏ ਆ ਕਿ ਉਹਨਾਂ ਮੰਦਿਰ ਲਈ ਉਹ ਜ਼ਮੀਨ 18.5 ਕਰੋੜ ਰੁਪਏ ਵਿੱਚ ਖਰੀਦੀ ਸੀ ਜੋ ਪਹਿਲਾਂ 2 ਕਰੋੜ ਵਿੱਚ ਲਈ ਗਈ ਸੀ ਪਰ ٹرسٹ ਦੇ ਵਿਰੋਧੀ 13 ਵੱਲੋਂ ਲਾਇਏ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਖਾਰਜ ਕੀਤਾ ਹੈ ਨਵੀਂ ਦਿੱਲੀ ਤੋਂ ਰਿਪੋਰਟਾਂ ਕਹਿੰਦੀਆਂ ਹਨ ਸੰਯੁਕਤ ਕਿਸਾਨ ਮੋਰਚਾ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਸਖਤ ਨਿੰਦਾ ਕੀਤੀ ਹੈ ਕਿਸਾਨ ਆਗੂ ਡਾਕਟਰ ਦਰਸ਼ਨਪਾਲ ਦਾ ਕਹਿਣਾ ਹੈ ਕਿ ਵਿੱਤ ਮੰਤਰਾਲੇ ਨੇ ਉਹਨਾਂ ਰਾਜਾਂ ਉੱਤੇ ਕੁਝ ਸ਼ਰਤਾਂ ਥੋਪੀਆਂ ਜਿਹੜੀਆਂ ਖੇਤੀਬਾੜੀ ਤੇ ਕਿਸਾਨਾਂ ਨੂੰ ਬਿਜਲੀ ਸਬਚਿੱਟੀਆਂ ਪ੍ਰਦਾਨ ਕਰਦੇ ਐ ਇਹ ਨੀਤੀਆਂ ਨੂੰ ਰਾਜ ਦੀਆਂ ਸਰਕਾਰਾਂ ਨੂੰ ਖੇਤੀਬਾੜੀ ਸਮੇਤ ਕੁਝ ਸ਼ਰਤਾਂ ਉੱਤੇ ਕਾਰਜ ਕਰਾਰੀ ਦੇ ਮਾਪਦੰਡਾਂ ਦੇ ਆਧਾਰ ਤੇ ਵਾਧੂ ਉਧਾਰ ਦੇਣ ਦੀ ਪੇਸ਼ਕਸ਼ ਕੀਤੀ ਗਈ ਰਿਪੋਰਟਾਂ ਅਨੁਸਾਰ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਜ਼ਿਲ੍ਹੇ ਵਿੱਚ ਲੋਨੀ ਚ ਇੱਕ ਬਜ਼ੁਰਗ ਮੁਸਲਮਾਨ ਵਿਅਕਤੀ ਨਾਲ ਕੁਝ ਵਿਅਕਤੀਆਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਉਸਦੀ ਦਾੜੀ ਪੱਟੀ ਤੇ ਕੱਟ ਦਿੱਤੀ ਜਾਣਕਾਰੀ ਮੁਤਾਬਕ ਹਮਲਾਵਾਰਾਂ ਨੇ ਅਬਦਲ ਸਮਦ ਨੂੰ ਆਟੋ ਰਿਕਸ਼ੇ 'ਚ ਉਸ ਸਮੇਂ ਘਵਾ ਕੀਤਾ ਜਦੋਂ ਮਸਜਿਦ 'ਚ ਨਮਾਜ਼ ਅਦਾ ਕਰਕੇ ਆ ਰਿਹਾ ਸੀ ਰਾਜਸਥਾਨ ਦੇ ਚਿਤੌੜਗੜ ਜ਼ਿਲ੍ਹੇ 'ਚ ਪਸ਼ੂ ਤਸਕਰੀ ਦੇ ਸ਼ੱਕੇਟ ਪੀੜ ਨੇ ਇੱਕ ਵਿਅਕਤੀ ਨੂੰ ਕੁੱਟ-ਕੁੱਟ ਕੇ ਮਾਰ ਮਕਾਇਆ ਜਦ ਇੱਕ ਹੋਰ ਵਿਅਕਤੀ ਜ਼ਖਮੀ ਹੋਇਆ ਪੁਲਿਸ ਕਹਿੰਦੀ ਹੈ ਕਿ ਪੀੜਤ ਵਿਅਕਤੀ ਤਿੰਨ ਬੈਲ ਖੇਤੀ ਦੇ ਕਮਾਲੀ ਮੱਧ ਪ੍ਰਦੇਸ਼ ਲੈ ਕੇ ਜਾ ਰਿਹਾ ਸੀ ਖਬਰ ਹੈ ਮੋਗਾ ਦੇ ਜੀਤਪਾਲ ਤੋਂ ਪਿੰਡ ਦੌਧਰ ਗਰਬੀ ਦੇ ਇੱਕ ਮੁੰਡੇ ਦੀ ਕੈਨੇਡਾ ਦੇ ਸ਼ਹਿਰ ਬ੍ਰੈਂਪਟਨ ਚ ਪੇਤ ਭਰੀ ਹਾਲਤ ਮੌਤ ਹੋਈ ਹੈ ਇਸ ਨੌਜਵਾਨ ਦੀ ਲਾਸ਼ ਉਥੋਂ ਦੇ ਇੱਕ ਪਾਰਕ ਚੋਂ ਮਿਲੀ ਹੈ ਜਾਣਕਾਰੀ ਅਨੁਸਾਰ ਸਿਮਰਜੀਤ ਸਿੱਧੂ 25 ਸਾਲ ਦਾ ਔਰ ਬੀਐਸਸੀ ਨਰਸਿੰਗ ਕਰ ਮਗਰੋਂ ਉੱਚ ਵਿਦਿਆਲ័យ ਕੈਨੇਡਾ ਗਿਆ ਸੀ ਉਹ ਇਕੱਲਾ ਰਹਿ ਰਿਹਾ ਸੀ ਤੇ ਬੀਤੇ ਦਿਨੀ ਉਸ ਦੀ ਪੇਤ ਭਰੀ ਹਾਲਤ ਵਿੱਚ ਮੌਤ ਹੋਈ ਕੱਲ ਖਬਰ ਦਿੱਤੀ ਸੀ ਪਿੰਡ ਨੰਗਲੀ ਫਤੇਗੜ ਚੂਟੀਆਂ ਰੋਡ ਦਾ 22 ਸਾਲਾ ਮੁੰਡਾ ਗੁਰਪ੍ਰੀਤ ਗਿੱਲ ਕੈਨੇਡਾ ਦੇ ਸੂਬਾ অন্ਟਾਰੀਓ ਦੀ ਵਿਸਾਖਾ ਵਿੱਚ ਡੁੱਬਨ ਨਾਲ ਮੌਤ ਹੋਈ ਉਹ ਮਾਪਿਆਂ ਦਾ ਕਲੌਤਾ ਪੁੱਤ ਸੀ ਪਿਤਾ ਸੁਖਵਿੰਦਰ ਗਿੱਲ ਤੇ ਮਾਂ ਬਦਲਜੀਤ ਕੌਰ ਦੱਸਦੇ ਨੇ ਕਿ ਗੁਰਪ੍ਰੀਤ ਨੇ 20 ਨਵੰਬਰ 2017 ਨੂੰ ਕੈਨੇਡਾ ਨੂੰ ਪੜਨ ਭੇਜਿਆ ਸੀ ਤੇ ਉਹ ਬ੍ਰੈਮਟਨ ਦੇ ਵਿੱਚ ਰਹਿੰਦਾ ਸੀ ਖਬਰਾਂ ਚੰਡੀਗੜ੍ਹ ਤੋਂ ਨੇ ਕਰੋਨਾ ਸੰਕਟ ਦੇ ਮੱਦੇ ਨਜ਼ਰ ਪੂਰੇ ਪੰਜਾਬ ਦੇ ਵਿੱਚ ਸਰਕਾਰ ਨੇ ਕੁਝ ਢਿੱਲਾਂ ਦਿੱਤੀਆਂ ਪਰ ਲੋਕਾਂ ਨੇ ਇਹ ਢਿੱਲਾਂ ਦੀ ਪ੍ਰਵਾਹ ਕਰਨੀ ਛੱਡੀ ਹੋਈ ਹੈ ਜੇ ਵੱਡੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਲੋਕ ਮਾਸਕ ਪਾ ਕੇ ਘੁੰਮਦੇ ਨਜ਼ਰ ਆਉਂਦੇ ਨੇ ਔਰ ਬਸਾਂ ਦੇ ਵਿੱਚ ਵੀ 50% ਲੋਕ ਚੜ੍ਹਦੇ ਨੇ ਬਹੁਤੀਆਂ ਬਸਾਂ ਸਰਕਾਰੀ ਆਮ ਤੌਰ ਤੇ ਖਾਲੀ ਤੁਰੀਆਂ ਜਾਂਦੀਆਂ ਦਿਖਾਈ ਦਿੰਦੀਆਂ ਪਰ ਜੇ ਕਰੋਨਾ ਸੰਕਟ ਦੇ ਮੱਦੇ ਨਜ਼ਰ ਵੇਖੀਏ ਤਾਂ ਲੋਕਾਂ ਨੇ ਪਿੰਡਾਂ 'ਚ ਛੋਟੇ ਕਸਬਿਆਂ ਵਿੱਚ ਮਾਸਕ ਪਾਉਣੇ ਜਿਹੜੇ ਐ ਉਹ ਪਹਿਲਾਂ-ਪਹਿਲਾਂ ਸ਼ੁਰੂ ਕੀਤੇ ਸੀ ਜਦੋਂ ਪੁਲਿਸ ਨੇ ਸਖਤੀ ਕੀਤੀ ਜੁਰਮਾਨੇ ਕੱਟੇ ਪਰ ਹੁਣ ਲੋਕਾਂ ਨੇ ਮਾਸਕ ਦੀ ਪ੍ਰਵਾਹ ਬਿਲਕੁਲ ਛੱਡੀ ਹੋਈ ਐ ਭੀੜ ਭਰੀਆਂ ਥਾਵਾਂ ਦੇ ਉੱਤੇ ਲੋਕਾਂ ਨੂੰ ਆਮ ਹੀ ਇੱਧਰ-ਉੱਧਰ ਤੁਰੇ ਫਿਰਦੇ ਵੇਖਿਆ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਅੱਜ ਕੁਝ ਨਿਯਮਾਂ ਦੇ ਵਿੱਚ ਚੇਂਜ ਕੀਤੀ ਐ ਤੁਹਾਨੂੰ ਦੱਸਦੇ ਹਾਂ ਕਿਹੜੀ-ਕਿਹੜੀ ਚੇਂਜ ਕੀਤੀ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉੱਚ ਅਫਸਰਾਂ ਦੀ ਮੀਟਿੰਗ 'ਚ ਪੰਜਾਬ ਦੇ ਕਰੋਨਾ ਸੰਕਟ ਤੇ ਮੱਦੇਨਜ਼ਰ ਸਮੀਖਿਆ ਕੀਤੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਰੈਸਟੋਰੈਂਟ ਸਿਨੇਮਾ ਤੇ ਜਿਮ 50% ਦੀ ਸਮਰੱਥਾ ਨਾਲ ਖੁੱਲੇ ਜਾਣਗੇ ਵਿਆਹ ਤੇ ਸੰਸਕਾਰ ਤੇ ਪਹਿਲਾਂ ਜਿੱਥੇ 20 20 ਲੋਕ ਸ਼ਾਮਲ ਹੁੰਦੇ ਸਨ ਹੁਣ ਵਧਾ ਕੇ 50 50 ਲੋਕਾਂ ਨੂੰ ਜਾਣ ਦੀ ਆਗਿਆ ਵਿਆਹ ਤੇ ਸੰਸਕਾਰ ਤੇ ਦਿੱਤੀ ਗਈ ਹੈ 바ਰ ਕਲੱਬ ਤੇ ਆਹਾਤੇ ਬੰਦ ਰਹਿਣਗੇ ਔਰ ਹਫਤਾਵਾਰੀ ਕਰਫਿਊ ਜਿਹੜਾ ਸ਼ਨੀਵਾਰ 8 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗਦਾ ਸੀ ਉਹ ਜਾਰੀ ਰਹੇਗਾ ਇਹ ਪਾਬੰਦੀਆਂ 25 ਜੂਨ ਤੱਕ ਜਾਰੀ ਰਹਿਣਗੀਆਂ ਪੰਜਾਬ ਦੇ ਮੁੱਖ ਮੰਤਰੀ ਨੇ ਦੱਸਿਆ ਜੇਕਰ ਲੋਕਾਂ ਨੇ ਇਸ ਦੀ ਪ੍ਰਵਾਹ ਕੀਤੀ ਤਾਂ ਫਿਰ ਵੀ ਕੁਝ ਚੇਂਜ ਕੀਤੀ ਜਾ ਸਕਦੀ ਹੈ ਨਾਲ ਹੀ ਮੁੱਖ ਮੰਤਰੀ ਨੇ ਦੱਸਿਆ ਕਿ ਜੇਕਰ ਲੋਕ ਕਰੋਨਾ ਨਿਯਮਾਂ ਦੀਆਂ ਤੱਜੀਆਂ ਡਾਉਣਗੇ ਤਾਂ ਸਖਤੀ ਹੋਰ ਵੀ ਵਧਾਈ ਜਾਏਗੀ ਚੇਤੇ ਰਹਿ ਕੇ ਇਹਨਾਂ ਦਿਨਾਂ ਵਿੱਚ ਭਾਰਤ ਵਿੱਚ ਵੀ ਕੇਸਾਂ ਦੀ ਗਿਣਤੀ ਜਿਹੜੀ ਥੱਲੇ ਵੱਲ ਨੂੰ ਆਈ ਹੈ कोरोना ਪੀੜਤਾਂ ਦੀ ਵੀ ਤੇ ਮੌਤਾਂ ਦੀ ਵੀ ਤੇ ਪੰਜਾਬ ਦੇ ਵਿੱਚ ਵੀ ਗਿਣਤੀ ਜਿਹੜੀ ਮੌਤਾਂ ਦੀ ਤੇ ਕੋਰੋਨਾ ਪੀੜਤਾਂ ਦੀ ਕਾਫੀ ਥੱਲੇ ਵੱਲ ਆਈ ਹੈ ਔਰ ਖਾਸ ਰੁਝਾਨ ਇਹ ਵੀ ਲੋਕਾਂ 'ਚ ਵੇਖਣ ਨੂੰ ਮਿਲਿਆ ਹੁਣ ਲੋਕਾਂ ਨੇ ਕੋਰੋਨਾ ਤੋਂ ਜਿਹੜੇ ਟੀਕੇ ਲੱਗਦੇ ਆ ਵੈਕਸੀਨ ਪਹਿਲੀ ਤੇ ਦੂਜੀ ਉਹ ਵੀ ਲਵਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ ਬਹੁਤ ਸਾਰੇ ਲੋਕਾਂ ਦੀ ਜੇ ਗਿਣਤੀ ਕਰੀਏ ਤਾਂ ਉਹਨਾਂ ਨੇ ਅੰਕੜੇ ਪਾਰ ਕਰਦਿਆਂ ਦੋ ਦੋ ਵੈਕਸੀਨਾ ਆਪਣੀਆਂ ਪੂਰੀਆਂ ਕਰ ਲਈਆਂ ਨੇ ਨਿੰਦਰ ਕੁਗਿਆਰ ਮੀ ਨੂੰ ਖਬਰਾਂ ਦੇ ਦੂਜੇ ਹਿੱਸੇ 'ਚ ਸੁਣ ਰਿਹਾ ਸੀ ਅੱਜ ਦੀਆਂ ਖਬਰਾਂ ਇੱਥੇ ਮੁਕਤੀਆਂ ਦਿਓ ਜਾਸਤ ਆਪਾਂ ਕੱਲ ਮਿਲਦੇ ਹਾਂ ਤਦ ਤੱਕ ਲਈ ਰੱਬ ਰੱਖਾ ਆਪਣਾ ਧਿਆਨ ਰੱਖਣਾ ਬਹੁਤ-ਬਹੁਤ ਸ਼ੁਭ ਕਾਮਨਾਵਾਂ ਤੇ ਸਤਿ ਸ਼੍ਰੀ ਅਕਾਲ ਹਿੰਮਤ ਸੱਚ ਲਿਖਣ ਬੋਲਣ ਤੇ ਸੁਣਨ ਦੀ ਅੱਜ ਦਰਿਆ